ਰੁਕ ਕੇ ਬੈਠਾਂ ਤੇ ਇਸ ਵਾਸਤੇ ਦੋ ਦੋ ਦੇ ਉੱਤੇ ਨਾਂ ਲਗਾਏ ਤੇ ਇੱਧਰ ਬੇਗੂ ਵਾਲੇ ਪਾਸੇ ਆ ਕੇ ਇਹਨਾਂ ਦੇ ਇੱਧਰ ਕੋਠੀਆਂ ਦਾ ਕੰਮ ਚੱਲ ਰਿਹਾ ਸੀ ਤੇ ਸ਼ਹਿਨਸ਼ਾਹ ਬੇਪਰਵਾਹ ਅੰਦਰੋਂ ਆਏ ਤੇ ਆ ਕੇ ਤੇ ਜਿਵੇਂ ਆ ਮਹਾਤਮਾ ਜੀ ਬੈਠੇ ਇਹਨਾਂ ਨੂੰ ਵੀ ਪ੍ਰਸ਼ਾਦ ਦੇ ਦੇਣ ਇੱਧਰ ਵੀ ਦੇ ਦੇਣ ਇੱਧਰ ਵੀ ਦੇ ਦੇਣ ਸਾਨੂੰ ਚਾਰ ਜਣਿਆਂ ਨੂੰ ਛੱਡ ਜਾਣ ਸਾਨੂੰ ਚਾਰ ਜਣਿਆਂ ਨੂੰ ਕੋਈ ਚੀਜ਼ ਵੈਸੇ ਵੀ ਬੱਚੇ ਸੀ ਤੇ ਵੈਸੇ ਵੀ ਖਾਣ ਪੀਣ ਨੂੰ ਬੰਦੇ ਦਾ ਮਨ ਕਰਦਾ ਹੀ ਹੈ ਤੇ ਕੁਝ ਸੇਵਾ ਸੀ ਕਰਨੀ ਸੀ ਤੇ ਭੁੱਖ ਵੀ ਲੱਗਦੀ ਸੀ ਤੇ ਦਿਲ ਵਿੱਚ ਆ ਹੀ ਜਾਂਦੀ ਹੈ ਬਈ ਉਹ ਮਾਈ ਰਾਮ ਕਹਿੰਦਾ ਹੁੰਦਾ ਸੀ ਕਿ ਦੋ ਕੇ ਬਲਦ ਆਪਣੇ ਜੁੜ ਰਹੇ ਹਲ ਵਾਹੁਣ ਨੂੰ ਇੱਕ ਨੂੰ ਦਾਣਾ ਪਾ ਤਾ ਇੱਕ ਨੂੰ ਤੂੜੀ ਪਾ ਤੀ ਠੀਕ ਸਨ ਅਕਲ ਨਾਲ ਮਤਲਬ ਗੱਲ ਕਰਦੇ ਸੀ ਉਹ ਇਸ ਤਰ੍ਹਾਂ ਦੋ ਵਾਰੀ ਆਏ ਸ਼ਹਿਨਸ਼ਾਹ ਜੀ ਆਏ ਤਿੰਨ ਵਾਰੀ ਆਏ ਪਾਸੇ ਦੇ ਦੇਣ ਸਾਨੂੰ ਚਾਰ ਜਣਿਆਂ ਨੂੰ ਪੁੱਛਣਾ ਮਹਾਤਮਾ ਨਾਰਾਇਣ ਸਰ ਜੀ ਅੰਦਰੋਂ ਆਏ ਤੇ ਅਸੀਂ ਕਹਿ ਦਿੱਤਾ ਵੀ ਸਾਨੂੰ ਚਾਰਾਂ ਜਣਿਆਂ ਨੂੰ ਕੋਈ ਪ੍ਰਸ਼ਾਦ ਨਹੀਂ ਟਾਈਮ ਟਾਈਮ ਦੇ ਗਏ ਤੇ ਇਹਦੇ ਸਾਈਜ਼ਰ ਵੀ ਦੇ ਗਏ ਇਧਰ ਵੀ ਦੇ ਗਏ ਉਹਨੇ ਕਿਹਾ ਵੀ ਪ੍ਰਸ਼ਾਦ ਤਾਂ ਸ਼ਹਿਨਸ਼ਾਹ ਹੀ ਦੇ ਸਕਦੇ ਨੇ ਬਾਕੀ ਵੈਸੇ ਕੋਈ ਚੀਜ਼ ਮੈਂ ਅੰਦਰੋਂ ਕੋਲ ਤੋਂ ਲਿਆ ਰਹੀ ਫਿਰ ਅਸੀਂ ਚੁੱਪ ਕਰਕੇ ਇੰਨੇ ਦਾਦੂ ਪੰਜਾਬੀ ਆਇਆ ਉਹ ਲੰਘ ਰਹੀ ਸੀ ਉਸ ਟਾਈਮ ਉਹਨੇ ਵੇਖਿਆ ਤਾਂ ਕਹਿੰਦੇ ਨਾ ਕੱਲ ਵਾਲੀ ਰੋਟੀ ਪਈ ਹੈ ਬਚੀ ਹੋਈ ਉਹ ਲਿਆ ਦੇ ਚਲੋ ਬਈ ਕੱਲ ਵਾਲੀ ਲਿਆ ਦੇ ਕੁਛ ਤਾਂ ਹੋਵੇ ਉਹ ਜਦੋਂ ਅੰਦਰ ਜਾ ਕੇ ਤੇ ਉਹ ਵੀ ਹੁਕਮ ਨਹੀਂ ਸੀ ਸ਼ਹਿਨਸ਼ਾਹ ਜੀ ਦਾ ਉਹ ਲਿਆ ਕੇ ਤੇ ਜਦੋਂ ਅੱਗੋਂ ਵੇਖਿਆ ਤਾਂ ਨਿੰਮ ਦੇ ਥੱਲੇ ਜਿਹੜੀਆਂ ਸ਼ਹਿਨਸ਼ਾਹ ਦੀਆਂ ਨਿੰਮਾਂ ਹਨ ਉੱਥੇ ਬੇਪਰਵਾਹ ਬੈਠੇ ਉਹਨੇ ਪਿੱਛੇ ਦਾ ਕਰੀਬ ਦੇਖਣਾ ਲੈਣ ਤੇ ਸ਼ਹਿਨਸ਼ਾਹ ਦਾ ਅੰਤਰੀਆ ਵੀ ਕਹਿੰਦੇ ਦਾਦੂ ਇਹ ਕਿਆ ਹੈ ਪਿੱਛੇ ਕਹਿੰਦਾ ਜੀ ਇਹ ਰੋਟੀ ਹੈ ਜੀ ਉਹਨਾਂ ਨੂੰ ਚਾਰ ਜਣੇ ਨੂੰ ਕੁਛ ਮਿਲਿਆ ਨਹੀਂ ਤੇ ਉਹਨਾਂ ਨੂੰ ਵੀ ਰੋਟੀ ਦੇ ਕੇ ਆਉਣਾ ਕੱਲ੍ਹ ਵਾਲੀ ਹੈ ਜੀ ਬਸ ਸ਼ਹਿਨਸ਼ਾਹ ਬੋਲੇ ਬਸ ਜੀ ਕਿਉਂ ਇੱਧਰ ਗੁਲਾਮ ਕੋ ਚਾਲੀ ਖਿਲਾਤੀ ਹੈ ਸਾਰਿਆਂ ਚਾਰਾਂ ਨੂੰ ਬੁਲਾ ਲਿਆ ਤੇ ਗੁੱਲਾ ਰਾਮ ਮਾਲੀ ਨੰਬਰਦਾਰ ਡੇਰੇ ਦਾ ਬਣਾਇਆ ਉਹ ਬਾਜਰੇ ਦੀਆਂ ਰੋਟੀਆਂ ਤੇ ਸਾਗ ਲਿਆਈ ਬੈਠਾ ਤੇ ਸ਼ਹਿਨਸ਼ਾਹ ਜੀ ਨੇ ਕਿਹਾ ਤੁਹਾਰੇ ਕੋ ਕੁਛ ਨਹੀਂ ਮਿਲਿਆ ਕਹਿੰਦੇ ਨਹੀਂ ਜੀ ਲੋ ਇੱਕ ਇੱਕ ਰੋਟ ਦਿੱਤਾ ਤੇ ਉੱਤੇ ਸਾਗ ਰੱਖਤਾ ਤੇ ਜਦੋਂ ਹਾਲੇ ਖਾਣ ਲੱਗੇ ਤੇ ਜਿਉਣ ਲੱਗੀਆਂ ਲਾਹਨਤਾਂ ਵੀ ਤੁਸੀਂ ਕੁੱਤੋ ਦਿਲੇ 'ਚ ਖਿਆਲ ਕਰਿਆ ਕਿਉਂ ਵੀ ਹਮਾਰੇ ਕੋਲ ਨਹੀਂ ਮਿਲਿਆ ਅਸਰਾਰ ਨਹੀਂ ਜਾਣਤਾ ਵੀ ਤੁਹਾਰੇ ਕੋ ਕੁਛ ਨਹੀਂ ਮਿਲਿਆ ਤੁਮਨੇ ਦਿਲ ਮੈਂ ਖਿਆਲ ਕਰਿਆ ਕਿਉਂ ਦੇ ਲਾਂਗ ਤੇ ਲਾਂਗ ਦੇ ਲਾਂਗ ਤੇ ਲਾਂਗ ਤੇ ਰੋਟੀ ਕਿੰਨੇ ਖਾਣੀ ਤੇ ਬੜੀ ਦਿਲ ਦੇ ਵਿੱਚ ਘਬਰਾਹਟ ਤੇ ਉਦਾਸੀ ਤੇ ਸ਼ਹਿਨਸ਼ਾਹ ਫਰਮਾਉਣ ਲੱਗਿਆ ਵੀ ਮੈਨੇਜਰ ਸਰ ਸੇ ਗਿਆ ਉਸਕੋ ਆਣੇ ਜੋ ਤੁਹਾਰੇ ਚਾਰੋਂ ਕੋ ਕੱਢੇ ਆਣੇ ਜਾਓ ਕੇ ਆਪਣੇ ਕੰਮ ਤੇ ਲਾਂਟਾ ਮਾਰ ਕੇ ਢਿੱਲੇ ਮੂੰਹ ਹੋ ਗਏ ਤੇ ਜਾ ਕੇ ਕੰਮ ਤੇ ਤਾਂ ਲੱਗ ਗਏ ਪਰ ਸਰਸੇ ਵੀ ਨਹੀਂ ਵੇਖੀ ਜਾਈਏ ਵੀ ਹੁਣ ਮੈਨੇਜਰ ਸਾਹਿਬ ਆਏ ਤੇ ਹੁਣ ਕੱਢਿਆ ਹੁਣ ਆਏ ਹੁਣ ਕੱਢਿਆ ਵੇਖੋ ਇੱਕ ਗੱਲ ਤਾਂ ਹੈ ਨਾ ਇੱਕ ਸਿਰ ਮਾਮੂਲੀ ਜਿਹੀ ਵੀ ਸੋਨਾ ਚਾਂਦੀ ਵੰਡਦੇ ਹੈ ਤੇ ਬੇਈ ਰੋਟੀ ਨਾਲ ਕੀ ਹੋ ਚੱਲਿਆ ਸੀ ਬਾਸੀ ਰੋਟੀ ਜੇ ਖਾ ਲੈਂਦੇ ਤਾਂ ਪਰ ਮਨ ਨੂੰ ਨਸੀਹਤ ਕਿੰਨੀ ਵੀ ਤੁਸੀਂ ਦਿਲ 'ਚ ਖਿਆਲ ਕਰਿਆ ਹੁਣ ਚਾਹੇ ਕੋਈ ਵੱਡਾ ਕੋਈ ਛੋਟਾ ਹੈ ਚਾਹੇ ਕਿਸੇ ਕੋਲ ਸਤਿਗੁਰ ਨੇ ਵੱਡੀਆਂ ਕਾਰਾਂ ਦਿੱਤੀਆਂ ਕਿਸੇ ਨੂੰ ਧਨ ਮਾਲ ਦਿੱਤਾ ਕਿਸੇ ਨੂੰ ਕੁਛ ਦਿੱਤਾ ਵੀ ਤੁਸੀਂ ਉਸ ਮਾਲਕ ਦਾ ਸ਼ੁਕਰਾਨਾ ਕਰੋ ਜਿੱਥੇ ਤੁਹਾਨੂੰ ਉਹ ਰੱਖ ਰਿਹਾ ਕਿਸੇ ਦੀ ਰੀਸ ਨਾ ਕਰੋ ਤੇ ਇਹਦੇ ਵਿੱਚ ਵੱਡੀ ਆ ਕਿੱਡੀ ਵੱਡੀ ਹਦਾਇਤ ਹੈ ਹਰ ਵੇਲੇ ਸਾਰੀ ਉਮਰ ਵਾਸਤੇ ਹੈ ਅੱਛਾ ਸ਼ਹਿਨਸ਼ਾਹ ਬੇਪਰਵਾਹ ਸ਼ਾਮ ਨੂੰ 5 ਵਜੇ ਦੇ ਨੇੜੇ ਆਏ ਤੇ ਉਸ ਵੇਲੇ ਮੁਸਕਰਾ ਕੇ ਤੇ ਨਾਲੇ ਤਾਂ ਸਾਨੂੰ ਚੀਕੂ ਦਿੱਤੇ ਤੇ ਨਾਲੇ ਮੁਸਕਰਾ ਕੇ ਕਹਿੰਦੇ ਅੱਜ ਆ ਸਕੇ ਤੇ ਹਿਸਾਬ ਨੇ ਪਰ ਅਸਰਾਰ ਨੇ ਛੱਡ ਅਸਰਾਰ ਨੇ ਛੱਡ ਕੇ ਫਿਰ ਜਾਣ ਵੀ ਬਚ ਗਏ ਗੁਨਾਹੀਆਂ ਬਿਲਕੁਲ ਸ਼ਹਿਨਸ਼ਾਹ ਦੇ ਹਰ ਵੇਲੇ ਦੇ ਗੁਨਾਹੀਆਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਬੇਪਰਵਾਹ ਸ਼ਹਿਨਸ਼ਾਹ ਸ਼ਾਮ ਸ਼ਾਮ ਸ਼ਾਹ ਤੇਰਾ ਹੀ